ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਨਾਭਾ ਬਲਾਕ ਦੇ ਪਿੰਡ ਛਿੰਟਾਵਾਲਾ ਦੇ ਸਥਿਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਚੋਬਾਰਾ ਸਾਹਿਬ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਦੇ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿਚ ਮਹਾਨ ਨਗਰ ਕੀਰਤਨ ਆਰੰਭ ਹੋਇਆ ਜੋ ਵੱਖ ਵੱਖ ਪਿੰਡਾਂ ਦੇ ਵਿਚੋਂ ਹੁੰਦਾ ਹੋਇਆ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਮਾਪਤ ਹੋਵੇਗਾ। ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਕੀ ਕੁਛ ਕਿਹਾ ਸੋ ਆਓ ਸੁਣ ਲੈਂਦੇ ਉਹਨਾਂ ਦੇ ਜ਼ੁਬਾਨੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿੱਕੀਆਂ ਜਿੰਦਾ ਵੱਡੇ ਸਾਕੀ, ਸਾਡੇ ਬਾਬੇ ਕਿਹਾ ਨੇ ਦਸਮ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਨੇ, ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਮਾਤਾ ਗੁਜਰ ਕੌਰ ਜੀ ਨੇ ਲਸਾਨੀ ਸ਼ਹਾਦਤ ਦੇ ਕੇ ਸਿੱਖੀ ਦੇ ਬੂਟੇ ਨੂੰ ਹੋਰ ਪ੍ਰਜਣ ਕੀਤਾ। ਸਿੱਖੀ ਦਾ ਜਿਹੜਾ ਨੀਹ ਮਹਿਲ ਦੀ ਉਸਾਰੀ ਹੋਈ ਸੀ ਉਹਦੇ ਲਈ ਸ਼ਹਾਦਤਾਂ ਦਿੱਤੀਆਂ, ਸਾਨੂੰ ਜੀਵਨ ਦਾਨ ਦਿੱਤਾ, ਸਾਨੂੰ ਸਿੱਖੀ ਦਿੱਤੀ, ਸਾਨੂੰ ਸਰਦਾਰੀ ਬਖਸ਼ੀ। ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਸਤੇ, ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਤਮਸਤਕ ਹੋਣ ਵਾਸਤੇ ਸਮੁੱਚੀਆਂ ਸੰਗਤਾਂ ਚੱਲੀਆਂ ਨੇ। ਪਾਤਸ਼ਾਹ ਦਾ ਸ਼ੁਕਰਾਨਾ, ਸੰਗਤ ਨੂੰ ਬੇਨਤੀ ਹੈ ਆਓ ਦਸਮ ਪਾਤਸ਼ਾਹ ਦੇ ਕੀਤੇ ਪਰਪਾਰ ਨੂੰ ਯਾਦ ਕਰਦੇ ਹੋਏ ਪਾਤਸ਼ਾਹ ਦਾ ਸ਼ੁਕਰਾਨਾ ਕਰ ਲਈ ਸੰਗਤ ਰੂਪ ਫਤਿਹਗੜ੍ਹ ਸਾਹਿਬ ਪਹੁੰਚੀਏ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਸਤਿਕਾਰ ਭੇਟ ਕਰੀਏ। ਇਹ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਅਸਥਾਨ ਗੁਰਦੁਆਰਾ ਚੁਬਾਰਾ ਸਾਹਿਬ ਤੋਂ ਆਰੰਭ ਹੋਇਆ ਹੈ। ਇਹ ਵੱਖਰੋ ਵੱਖਰੀ ਕੋਟ ਕਲਾਂ, ਕੋਟ ਖੁਰਦ, ਬੀਨਾ ਹੇੜੀ, ਕਕਰਾਲਾ, ਸਾਧੋ ਹੇੜੀ, ਲੱਦਾ ਹੇੜੀ, ਸਕੋਹਾਂ, ਚੱਠੇ, ਧਨੌਰੀ, ਗਲਵੱਟੀ, ਸੁੱਖੇਵਾਲ, ਭੀਲੋਵਾਲ, ਅਭੇਪੁਰ, ਕਦਾਈਆ, ਗੁਰਦਿੱਤਪੁਰਾ, ਬਾਬਰਪੁਰ, ਕਕਰਾਲਾ, ਧਨੀਵਾਲ, ਮੱਲੇਵਾਲ, ਗੋਬਿੰਦਪੁਰਾ, ਰੈਸਲ, ਊਣੀਵਾਲ, ਕੁੰਡਰ, ਦਰਗਾਹਪੁਰ, ਪਾਰਸੋਂ, ਬਹਿਬਲਪੁਰ, ਜਿੰਦਪੁਰ ਵੱਖਰੋ ਵੱਖਰੇ ਪੜਾਅ ਕਰਦਾ ਹੋਇਆ ਰਾਤ ਨੂੰ ਫਤਿਹਗੜ੍ਹ ਸਾਹਿਬ ਜਾ ਕੇ ਸੰਪੰਨ ਹੋਵੇਗਾ। ਇਹ ਗੁਰੂ ਨਾਨਕ ਪਾਤਸ਼ਾਹ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 475 ਸਥਾਨ ਹੈ। ਪਹਿਲੇ ਪਾਤਸ਼ਾਹ ਇੱਥੇ ਆਏ ਸੀਗੇ, ਉਹਨਾਂ ਨੇ ਬਾਰੀ ਦਾ ਉਚਾਰਨ ਕੀਤਾ ਸੀਗਾ। ਸਿੱਖੀ ਦੀ ਜਿੱਥੋਂ ਆਰੰਭਤਾ ਹੋਈ ਸੀ ਉੱਥੋਂ ਨਗਰਗੀਤ ਆਰੰਭ ਹੋਇਆ ਹੈ। ਜਿਸ ਪਵਿੱਤਰ ਧਰਤੀ ਨੇ ਸਾਹਿਬ ਨੇ ਸ਼ਹਾਦਤ ਦੇ ਕੇ ਸਿੱਖੀ ਦੇ ਬੂਟੇ ਨੂੰ ਮਹਿਲ ਨੂੰ ਉਸਾਰਿਆ ਸੀ ਉੱਥੇ ਜਾ ਕੇ ਸੰਪੰਨ ਹੋ। ਇਹ ਮਹਾਰਾਜ ਆਪ ਦਿਆ ਦੇ ਕਰਕੇ ਕਿਰਪਾ ਕਰਦੇ ਹੈ। ਇਹ 16ਵਾਂ ਨਗਰ ਕੀਰਤਨ ਲਗਾਤਾਰ ਚੱਲਦਾ। ਕਿੰਨੇ ਦਿਨ ਗੁਰੂ ਮਹਾਰਾਜ ਜੀ ਉਰੇ ਰਹੇ ਸੀ? ਇੱਥੇ ਗੁਰੂ ਸਾਹਿਬ 15 ਦਿਨ ਰਹੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਬਾਲੀ ਦੋ ਜਹਾਨ ਸਰਵੰਸ ਦਾਨੀ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਸ੍ਰੀ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਹਲਕਾ ਪਾਸੋਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸਤਿੰਦਰ ਸਿੰਘ ਕੌੜਾ ਦੀ ਸੁਚੱਜੀ ਅਗਵਾਈ 'ਚ ਆਪ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੇ ਹੋ ਜੀ। ਬਹੁਤ ਹੀ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਛਿੰਟਾਵਾਲਾ ਜਗਤ ਗੁਰੂ ਬਾਬਾ ਜੀ ਦਾ ਚਰਨ ਛੋਹ ਧਰਤੀ ਤੋਂ ਆਰੰਭ ਹੋ ਚੁੱਕਾ ਜੀ। ਬੜੀ ਸ਼ਰਨੋ ਸ਼ੌਕਤ ਨਾਲ ਸ਼ਰਧਾ ਸਤਿਕਾਰ ਨਾਲ ਸੰਗਤਾਂ ਨਤਮਸਤਕ ਹੋ ਰਹੀਆਂ ਨੇ। ਸਾਰੀਆਂ ਸੰਗਤਾਂ ਦਾ ਸਵਾਗਤ ਹੈ ਜੀ, ਆਇਆਂ ਜੀ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਜਿਹੜਾ ਨਗਰ ਕੀਰਤਨ ਅੱਜ ਪ੍ਰਾਰੰਭ ਕੀਤਾ ਗਿਆ, ਅੱਜ ਜੋ ਦਿਹਾੜਾ, ਅੱਜ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਭ ਤੋਂ ਛੋਟੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਸੋ ਸਾਹਿਬਜ਼ਾਦੇ ਦੇ ਜਨਮ ਦਿਹਾੜੇ ਦੇ ਮੌਕੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਸਤਵਿੰਦਰ ਸਿੰਘ ਜੀ ਟੋੜਾ, ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਨਾਭੇ ਅਤੇ ਭਾਰਸੋਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ੇਸ਼ ਨਗਰ ਕੀਰਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ 'ਚੋਂ ਇਤਿਹਾਸਿਕ ਅਸਥਾਨ ਗੁਰਦੁਆਰਾ ਪਹਿਲੀ ਪਾਤਸ਼ਾਹੀ ਚੁਬਾਰਾ ਸਾਹਿਬ ਪਿੰਡ ਛਿੰਟਾਵਾਲਾ ਤੋਂ
ਵੱਡੇ ਪੱਧਰ ਦੇ ਉੱਤੇ ਨਿਸ਼ਾਨਾ ਧੌਂਸਿਆਂ ਨਗਾਰਿਆਂ ਦੀ ਤਾਬਿਆ ਦੇ ਵਿੱਚ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਉਹ ਲੈ ਕੇ ਜਾਇਆ ਜਾ ਰਿਹਾ ਜੀ। ਇਹ ਆਪਾਂ ਨੂੰ ਲੱਗਦਾ ਵੀ ਸਿੱਖੀ ਦਾ ਪ੍ਰਚਾਰ ਦਿਨੋਂ ਦਿਨ ਘੱਟ ਰਿਹਾ, ਸਿੱਖੀ ਤਾਂ ਉਦੋਂ ਨਹੀਂ ਖਤਮ ਹੋਈ ਜਦੋਂ ਸਿੰਘ ਦੋ ਰਹਿ ਗਏ ਸੀ, ਬਾਬਾ ਗਰਜਾ ਸਿੰਘ ਅਤੇ ਬੋਤਾ ਸਿੰਘ। ਸੋ ਸਿੱਖੀ ਉਦੋਂ ਵੀ ਨਹੀਂ ਖਤਮ ਹੋਈ ਅਤੇ ਹੁਣ ਤਾਂ ਅਸੀਂ ਵੱਡੀ ਗਿਣਤੀ ਦੇ ਵਿੱਚ ਹਾਂ। ਸੋ ਸਿੱਖੀ ਜਦ ਆਬਾਦ ਰਹਿਣੀ ਆ। ਹਾਂ, ਇਹ ਦੀਵੇ ਦੀ ਲੋ ਕਦੇ ਮੱਧਮ ਪੈ ਸਕਦੀ ਹੈ ਪਰ ਇਹ ਬੁੱਝ ਨਹੀਂ ਸਕਦੀ। ਜਿਸ ਦੀਵੇ ਦੀ ਲੋ ਦੇ ਵਿੱਚ ਕਲਗੀਧਰ ਮਾਰ ਹੈ, ਜਿਹਨੇ ਆਪਣੇ ਸ਼ਹੀਦਾਂ ਦਾ ਆਪਣੇ ਸਾਹਿਬਜ਼ਾਦ ਲਹੂ ਪਾਇਆ ਹੋਵੇ, ਉਹ ਸਿੱਖੀ ਕਦੇ ਖਤਮ ਨਹੀਂ ਹੋ ਸਕਦੀ। ਅਤੇ ਮਹਾਰਾਜ ਜੀ ਦਾ ਜੋ ਕਹਿ ਸਕਦਾ ਵੀ ਜਿੰਨੇ ਵੀ ਇਤਿਹਾਸਿਕ ਅਸਥਾਨ ਨੇ, ਅੱਜ ਸਾਰੀਆਂ ਸੰਗਤਾਂ ਪੋਹ ਦੇ ਮਹੀਨੇ ਦੇ ਵੀ ਅੱਗੇ ਆਰੰਭਤਾ ਹੋਣੀ ਆ। ਸੋ ਹਰੇਕ ਸੰਗਤਾਂ ਦੀਆਂ ਅੱਖਾਂ ਇਸ ਮਹੀਨੇ ਦੇ ਵਿੱਚ ਨਮ ਹੁੰਦੀ ਆ, ਕਿਉਂਕਿ ਇੱਕ ਹਫ਼ਤੇ ਦੇ ਵਿੱਚ ਕਲਗੀਧਰ ਮਹਾਰਾਜ ਜੀ ਦੇ ਸਾਰੇ ਪਰਿਵਾਰ ਦਾ ਉਹ ਘਾਣ ਹੋਇਆ ਸੀ, ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸੀ। ਸੋ ਸਾਰੀ ਸੰਗਤ ਆਪਣੋ ਆਪਣੇ ਪੱਧਰ ਦੇ ਉੱਤੇ ਇਸ ਦਿਹਾੜੇ ਨੂੰ ਵੱਡੇ ਪੱਧਰ ਦੇ ਉੱਤੇ ਮਨਾਉਂਦੀ ਹੈ ਜੀ। ਬਹੁਤ ਭਾਗਯ ਸਮਝਦੇ ਜੀ ਆਪਦੇ ਆਪ ਨੂੰ, ਦੇਸ਼ ਨਗਰ ਕੀਰਤਨ ਵਿੱਚ ਕੌਣ ਵੀ ਕਰ ਰਿਹਾ, ਗੁਰੂ ਸਾਹਿਬ ਨੇ ਕਿਰਪਾ ਦਿੱਤੀ ਆ, ਇੰਨੇ ਜੋ ਕੁਝ ਕੀਤਾ ਸਾਨੂੰ